ਬਿਆਸ ਦਰਿਆ ਦੇ ਵਿੱਚ ਪਾਣੀ ਦੇ ਪੱਧਰ ਨੂੰ ਲੈ ਕੇ ਜਿਹੜਾ ਹੈਗਾ ਪਹਿਲਾਂ ਵੀ ਖਬਰਾਂ ਜਿਹੜੀਆਂ ਸੀਗੀਆਂ ਉਹ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਤਾਂ ਅੱਜ ਇੱਕ ਰਾਹਤ ਭਰੀ ਖਬਰ ਜਿਹੜੀ ਹੈਗੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ। ਇਸ ਸਮੇਂ ਅਸੀਂ ਬਿਆਸ ਦਰਿਆ ਕੰਢੇ ਮੌਜੂਦ ਹਾਂ ਔਰ ਪਾਣੀ ਦਾ ਜਿਹੜਾ ਵਹਾਅ ਹੈਗਾ ਉਹ ਵੀ ਕੁਛ ਘਟਿਆ ਹੋਇਆ। ਨਾਲ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਇਸ ਤਰਫ ਦੀਆਂ ਦਿਖਾਵਾਂਗੇ ਕਿ ਪਾਣੀ ਦਾ ਵਹਾਅ ਕੱਟਣ ਦੇ ਨਾਲ ਨਾਲ ਪਾਣੀ ਦਾ ਜਿਹੜਾ ਪੱਧਰ ਹੈ ਉਹ ਵੀ ਅੱਜ ਘਟਿਆ ਹੋਇਆ ਦੇਖਿਆ ਜਾ ਰਿਹਾ। ਤਾਂ ਇਸ ਸੰਬੰਧੀ ਵਧੇਰੇ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਇਰੀਗੇਸ਼ਨ ਵਿਭਾਗ ਦੇ ਗੇਜੀਟਰ ਜਿਹੜੇ ਨੇ ਉਹ ਇੱਥੇ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਤਾਂ ਸਰ ਕਿੱਦਾਂ ਦਾ ਲੱਗਦਾ ਜੀ ਹੁਣ ਪਾਣੀ ਜੋ ਪਹਿਲਾਂ ਸੀਗਾ ਉਹ ਕਿੰਨਾ ਕੁ ਲੱਗਦਾ ਤੁਹਾਨੂੰ ਕਿ ਘਟਾ ਜਿਹੜਾ ਹੈਗਾ ਹੁਣ ਦਰਜ ਕੀਤਾ ਜਾ ਰਿਹਾ? ਪਾਣੀ ਸਪਣਾ ਤਰ੍ਹਾਂ ਨਾਲ ਕਾਫੀ ਘੱਟ ਗਿਆ ਜੀ। ਜਿਹੜੀ ਆਪਣੀ ਕਿ ਪਰਸੋਂ ਰਾਤ ਨੂੰ ਗਈ ਸੀ 737.40 ਡਿਸਚਾਰਜ ਬਣਦਾ ਸੀ 53,525 ਕਿਊਸਕ ਜੀ, ਜਿਹੜੀ ਇਸ ਵੇਲੇ ਮੌਕੇ ਦੀ ਘੱਟ ਗਿਆ ਜੀ 733.40 ਡਿਸਚਾਰਜ ਬਣਦਾ 18,826 ਕਿਊਸਕ, ਮਤਲਬ ਪਹਿਲਾਂ ਤੋਂ ਕਾਫੀ ਪਾਣੀ ਜਿਹੜਾ ਉਹ ਡਾਊਨ ਹੋ ਗਿਆ। ਜਿਹੜਾ ਮੈਕਸੀਮਮ ਜਿਹੜਾ ਇਸ ਸੀਜ਼ਨ ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀ, ਕਿਉਂਕਿ ਜਿੱਦਾਂ ਪਹਿਲਾਂ ਖਬਰ ਕੀਤੀ ਸੀਗੀ ਉਦੋਂ ਪਾਣੀ ਦਾ ਫਲੋ ਜਿਹੜਾ ਸੀਗਾ ਬਹੁਤ ਜ਼ਿਆਦਾ ਸੀਗਾ, ਤੇਜ਼ ਸੀਗਾ, ਔਰ ਨਾਲ ਹੀ ਪਾਣੀ ਜਿਹੜਾ ਹੁਣ ਜਿਵੇਂ ਸਾਫ਼ ਪਾਣੀ ਦਿਖਾਈ ਦੇ ਰਿਹਾ ਹੈਗਾ ਤਾਂ ਕਾਫ਼ੀ ਮਲਬਾ ਸੀਗਾ ਇਸ ਪਾਣੀ ਦੇ ਵਿੱਚ। ਕੀ ਲੱਗਦਾ ਹੈਗਾ ਕਿ ਕਿੰਨਾ ਕੁ ਜਿਹੜਾ ਹੈਗਾ ਮੈਕਸੀਮਮ ਹੋ ਗਈ ਜੀ? ਮੈਕਸੀਮਮ ਆਪਣੇ ਕੋਲ ਉਹੀ 737.40 ਇਸ ਇੰਜਨ ਬਰਸਾਤ ਦਾ ਜਿਹੜਾ ਸਭ ਤੋਂ ਟੌਪ ਲੈਵਲ ਇਹ ਸੀਜ਼ਨ ਦੇ ਨਾਲ ਤਾਂ ਟੌਪ ਲੈਵਲ ਰਿਹਾ ਹੈਗਾ। ਔਰ ਕੀ ਹੈਗਾ ਇਹ ਬਰਸਾਤਾਂ ਦੇ ਪਾਣੀ ਨੂੰ ਲੈ ਕੇ ਜਿਹੜਾ ਹੈਗਾ ਪਾਣੀ ਦਾ ਪੱਧਰ ਉੱਚਾ ਨੀਵਾਂ ਇੱਥੇ ਚੱਲ ਰਿਹਾ, ਜਾਂ ਫਿਰ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਡੈਮ ਨੂੰ ਕੋਈ ਪਾਣੀ ਦੀ ਕੋਈ ਇਨਫੋਰਮੇਸ਼ਨ ਇਹੋ ਜਿਹੀ ਵੀ ਹੈਗੀ ਸੀ ਤੁਹਾਡੇ ਕੋਲ? ਨਹੀਂ, ਆਪਣੇ ਕੋਲ ਜਿਹੜੀ ਸੂਚਨਾ ਸੀ ਉਹ ਆਪਣੇ ਪਠਾਨਕੋਟ ਦੇ ਚੱਕੀ ਦਰਿਆ ਦਾ ਪਾਣੀ ਜਿਹੜਾ ਮੀਂਹ ਦਾ ਜਿਹੜਾ ਆਇਆ ਸੀ ਆਪਣੇ ਕੋਲ, ਉਹਦੇ ਕਰਕੇ ਪਾਣੀ ਆਪਣਾ ਅੱਪ ਹੋ ਗਿਆ। ਹੁਣ ਜਿਹੜਾ ਹੈਗਾ ਕਹਿ ਸਕਦੇ ਹਾਂ ਕਿ ਰਾਹਤ ਭਰੀ ਖਬਰ ਹੈਗੀ ਆ, ਕਿਉਂਕਿ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਮਨ ਦੇ ਵਿੱਚ ਆਉਂਦਾ ਹੈਗਾ ਕਿ ਪਾਣੀ ਮੁੜ ਤੋਂ ਜਿੱਦਾਂ ਪਿਛਲੇ ਸਾਲ ਕਾਫੀ ਨੁਕਸਾਨ ਹੋਇਆ ਤਾਂ ਉਹੋ ਜਿਹੀ ਕੋਈ ਤਸਵੀਰ ਨਾ ਬਣੇ, ਔਰ ਹੁਣ ਜਿਹੜਾ ਹੈਗਾ ਕਾਫੀ ਹੱਦ ਤੱਕ ਰਾਹਤ ਜਿਹੜੀ ਹੈਗੀ ਇੱਥੇ ਦੇਖਣ ਨੂੰ ਮਿਲ ਰਹੀ। ਹਾਂਜੀ ਹਾਂਜੀ, ਇਸ ਵੇਲੇ ਪਾਣੀ ਡਾਊਨ ਹੈ ਕਾਫੀ, ਔਰ ਕਦੋਂ ਪਾਣੀ ਵੱਧ ਜਾਵੇ ਜਾਂ ਘੱਟ ਜਾਵੇ ਇਹਦੇ ਬਾਰੇ ਤਾਂ ਆਪਾਂ ਕੁਛ ਨਹੀਂ ਕਹਿ ਸਕਦੇ, ਤਾਂ ਸਾਡੇ ਕੋਲ ਜਦੋਂ ਹੋਊਗਾ ਉਦੋਂ ਹੀ ਮੌਕੇ ਦੇ ਹਿਸਾਬ ਨਾਲ ਹੀ ਪਤਾ ਲੱਗੂਗਾ ਜੀ। ਕੀ ਲੱਗਦਾ ਬਰਸਾਤ ਜਿਹੜੀ ਹੈਗੀ ਆ ਚਾਹੇ ਪਹਾੜਾਂ 'ਚ ਕਹਿ ਦਈਏ ਕਿਤੇ ਨਾ ਕਿਤੇ ਉੱਥੇ ਵੀ ਰੁਕੀ ਹੈਗੀ ਆ, ਹੁਣ ਇੱਥੇ ਵੀ ਜਿਹੜਾ ਸੀਗਾ ਕੱਲ੍ਹ ਥੋੜ੍ਹੀ ਬਹੁਤੀ ਬਰਸਾਤ ਸੀਗੀ, ਇੰਨੀ ਜ਼ਿਆਦਾ ਨਹੀਂ, ਤਾਂ ਉਹ ਵੀ ਇੱਕ ਵੱਡਾ ਅਸਰ ਕਰਦੀ ਹੈਗੀ। ਹਾਂਜੀ ਹਾਂਜੀ, ਥੋੜ੍ਹਾ ਬਹੁਤ ਪਾਣੀ ਅੱਪ ਹੋ ਜਾਂਦਾ, ਬਾਕੀ ਦੇਖੋ ਹੁਣ ਕੀ ਕਹਿ ਸਕਦੇ ਜੀ, ਕਦੋਂ ਘਟਣਾ ਵਧਣਾ ਇਹਦੇ ਬਾਰੇ ਤਾਂ ਆਏ ਤਾਂ ਹੀ ਪੱਕਾ ਪਤਾ ਲੱਗਦਾ। ਹੁਣ ਜਿਹੜਾ ਹੈਗਾ ਸਮਾਂਤਰ ਹੈ? ਹਾਂਜੀ, ਇਸ ਵੇਲੇ ਤਾਂ ਪਾਣੀ ਆਪਾਂ ਬਿਲਕੁਲ ਹੀ ਨੋਰਮਲੀ ਕਹਿ ਲਈਏ, ਨੋਰਮਲੀ। ਨੈੱਟ ਕਿੰਨਾ ਦੱਸਿਆ ਤੁਸੀਂ ਲਾਸਟ? ਲਾਸਟ ਹੁਣ ਕਿੰਨਾ ਚੱਲ ਰਿਹਾ? ਇਸ ਵੇਲੇ ਚੱਲਦਾ ਪਿਆ 18,826 ਕਿਊਸਕ, 733.40 ਗੇਜ ਬਣ ਗਈ। ਠੀਕ, ਧੰਨਵਾਦ। ਤਾਂ ਇਹ ਇਸ ਸਮੇਂ ਬਿਆਸ ਦਰਿਆ ਦੀ ਤਸਵੀਰ ਹੈ ਜਿਹੜਾ ਕਿ ਮੈਕਸੀਮਮ ਵੱਧ ਤੋਂ ਵੱਧ ਜਿਹੜਾ ਇਸ ਸੀਜ਼ਨ ਦਾ ਸੀਗਾ 53,000 ਕਿਊਸਿਕ ਪਾਣੀ ਜਿਹੜਾ ਸੀਗਾ ਉਹ ਇੱਥੇ ਚੱਲਿਆ ਸੀਗਾ, ਔਰ ਉਸ ਤੋਂ ਬਾਅਦ 'ਚ ਹੁਣ 18,000 ਕਿਊਸਿਕ ਪਾਣੀ ਜਿਹੜਾ ਹੈਗਾ ਉਹ ਇਸ ਸਮੇਂ ਦਰਿਆ ਬਿਆਸ ਦੇ ਵਿੱਚ ਜਿਹੜੀ ਲੋਕੇਸ਼ਨ ਹੈਗੀ ਅੰਮ੍ਰਿਤਸਰ ਦੇ ਹੱਥੀ ਅਤੇ ਬਿਆਸ ਵੀ ਅਸੀਂ ਦਿਖਾ ਰਹੇ ਹਾਂ, ਔਰ ਇੱਥੇ ਕਾਫੀ ਹੱਦ ਤੱਕ ਪਾਣੀ ਦਾ ਜਿਹੜਾ ਪੱਧਰ ਹੈਗਾ ਹੈ ਲੈਵਲ ਜਿਹੜਾ ਹੈਗਾ ਹੈ ਹੁਣ ਘਟਿਆ ਹੋਇਆ ਹੈ। ਸੋ ਬਰਸਾਤਾਂ ਦੇ ਨਾਲ ਵੀ ਕਾਫੀ ਤਰ ਪਾਣੀ ਦਾ ਜਿਹੜਾ ਸੀਗਾ ਇੱਥੇ ਵਰਕ ਪਿਆ ਸੀਗਾ, ਔਰ ਦੂਰ ਦੀ ਜੇਕਰ ਗੱਲ ਕਰੀਏ ਤਾਂ ਕਿਨਾਰੇ ਇੱਕ ਵਿਸ਼ਾਲ ਘੇਰਾ ਹੈਗਾ ਬਿਆਸ ਦਰਿਆ ਦਾ, ਔਰ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਏਗੀ ਕਿ ਉਹਨਾਂ ਕਿਨਾਰਿਆਂ ਤੱਕ ਪਾਣੀ ਜਿਹੜਾ ਸੀਗਾ ਬਿਲਕੁਲ ਇੱਕ ਵਾਰੀ ਫੈਲਾਅ ਦੇ ਵਿੱਚ ਜ਼ਰੂਰ ਆਇਆ ਸੀਗਾ, ਲੇਕਿਨ ਹੁਣ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਉਸ ਤੋਂ ਰਾਹਤ ਹੈਗੀ ਹੈ, ਪਾਣੀ ਦਾ ਪੱਧਰ ਜਿਹੜਾ ਹੈਗਾ ਕਾਫੀ ਘਟਿਆ ਹੈਗਾ, ਔਰ ਹੁਣ ਤੱਕ ਦੀ ਜੋ ਤਾਜ਼ਾ ਰਿਪੋਰਟ ਹੈਗੀ ਕਿਤੇ ਨਾ ਕਿਤੇ ਇਹ ਰਾਹਤ ਭਰੀ ਖਬਰ ਹੈਗੀ ਹੈ। ਜਿਹੜੇ ਲੋਕ ਦਰਿਆਵਾਂ ਦੇ ਕੰਢੇ ਰਹਿੰਦੇ ਨੇ ਜਾਂ ਜੋ ਪਹਿਲਾਂ ਪਾਣੀ ਦਾ ਪੱਧਰ ਵਧਿਆ ਸੀਗਾ ਉਹ ਚਿੰਤਾ ਦਾ ਕਿਤੇ ਨਾ ਕਿਤੇ ਵਿਸ਼ਾ ਬਣਿਆ ਹੋਇਆ ਸੀ।